ਪ੍ਰਾਈਮ ਏਸ਼ੀਆ ਟੀ ਵੀ ਦੇ ਪ੍ਰਾਈਮ ਜ਼ਿੰਦਗੀ ਪ੍ਰੋਗਰਾਮ ਵਿੱਚ ਤੁਹਾਡੇ ਸਭਨਾਂ ਦਾ ਮੇਰੇ ਵੱਲੋਂ ਸੁਪਨ ਸੰਧੂ ਵੱਲੋਂ ਬਹੁਤ ਬਹੁਤ ਸਵਾਗਤ ਹੈ। ਨਾਜ਼ਰੀਨ, ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਪੰਜਾਬ ਦੀ ਬੜੀ ਨਾਮਵਰ ਗਾਇਕਾ ਨਰਿੰਦਰ ਬੀਬਾ ਜੀ ਦੇ ਜੀਵਨ ਅਤੇ ਗਾਇਕੀ ਨੂੰ ਨਮਸਕਾਰ ਕਰਨ ਦਾ ਮਨ ਬਣਾਇਆ ਹੈ। ਪੰਜਾਬੀ ਲੋਕ ਗਾਇਕੀ ਨੂੰ ਇੱਕ ਬਿਲਕੁਲ ਵੱਖਰੇ ਅਤੇ ਉੱਚੇ ਮੁਕਾਮ 'ਤੇ ਪਹੁੰਚਾਉਣ ਵਾਲੀਆਂ ਕੁਝ ਉਂਗਲ ਦੇ ਪੋਟਿਆਂ 'ਤੇ ਗਿਣੀਆਂ ਜਾਣ ਵਾਲੀਆਂ ਗਾਇਕਾਵਾਂ ਵਿੱਚੋਂ ਨਰਿੰਦਰ ਬੀਬਾ ਜੀ ਦਾ ਨਾਂ ਪਹਿਲਿਆਂ ਵਿੱਚ ਆਉਂਦਾ ਹੈ। ਨਰਿੰਦਰ ਬੀਬਾ ਭਾਰਤੀ ਪੰਜਾਬ ਦੀ ਮਸ਼ਹੂਰ ਪੰਜਾਬੀ ਲੋਕ ਗਾਇਕਾ ਸੀ। ਨਰਿੰਦਰ ਬੀਬਾ ਨੂੰ ਜੇ ਲੰਬੀ ਹੇਕ ਦੀ ਮਲਿਕਾ ਕਹਿ ਲਿਆ ਜਾਵੇ ਤਾਂ ਇਹ ਕੋਈ ਅਤਕਥਨੀ ਨਹੀਂ। ਉਸ 'ਤੇ ਅਨੇਕਾਂ ਗੀਤ ਲੰਬੀਆਂ ਹੇਕਾਂ ਦੇ ਨਾਲ ਰਿਕਾਰਡ ਹੋਏ। ਰਣ ਗਗਨ ਦਮਾਮਾ ਵੱਜਿਆ ਸਿੰਘੋ ਸਰਦਾਰੋ, ਕੋਈ ਵੈਰੀ ਚੜ੍ਹ ਕੇ ਆ ਗਿਆ ਤੁਸੀਂ ਜਾ ਲਲਕਾਰੋ, ਇਹਨਾਂ ਦੀ ਸ਼ੁਰੂਆਤੀ ਹੇਕ ਜਿਹੜੀ ਸੀ ਉਹ ਹਲੂਣ ਦੇਣ ਵਾਲੀ ਸੀ। ਉਹ ਮਿਰਜ਼ਾ ਸਾਹਿਬਾਂ, ਸੱਸੀ ਪੁੰਨੂ ਅਤੇ ਸਾਕਾ ਸਰਹੰਦ ਵਰਗੀਆਂ ਲੋਕ ਗਥਾਵਾਂ ਨੂੰ ਭਾਵਨਾ ਭਰਪੂਰ ਪੁੱਠ ਦੇ ਨਾਲ ਗਾਉਂਦੀ ਸੀ। ਉਹਦੀ ਹੇਕ ਦੀਆਂ ਉਚਾਣਾਂ ਨਾਲ ਸਰੋਤੇ ਦਾ ਮਨ ਅੰਬਰੀ ਉਡਾਨਾਂ ਭਰਨ ਲੱਗਦਾ। ਨਰਿੰਦਰ ਬੀਬਾ ਨੂੰ ਯਾਦ ਕਰਦਿਆਂ ਸਾਡੇ ਕੰਨਾਂ ਦੇ ਵਿੱਚ ਆਲੇ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ, ਗੱਲ ਸੋਚ ਕੇ ਕਰੀ ਤੂੰ ਜ਼ੈਲਦਾਰਾ, ਅਸਾਂ ਨੀ ਕਨੌੜ ਚੱਲਣੀ, ਅਤੇ ਪਾਸੇ ਹਟ ਜਾ ਜ਼ਾਲਮਾਂ ਪੰਜਾਬਣ ਜੱਟੀ ਆਈ ਵਰਗੇ ਸਦਾ ਬਹਾਰ ਗੀਤ ਸਾਡੇ ਕੰਨਾਂ ਵਿੱਚ ਗੂੰਜਣ ਲੱਗ ਪੈਂਦੇ ਨੇ। ਬੇਸ਼ੱਕ ਨਰਿੰਦਰ ਬੀਬਾ ਜੀ ਸਰੀਰਕ ਤੌਰ 'ਤੇ ਸਾਡੇ ਵਿਚਕਾਰ ਨਹੀਂ ਹੈ, ਪਰ ਉਹਨਾਂ ਦੇ ਮਾਖਿਓ ਮਿੱਠੇ ਬੋਲ ਹਮੇਸ਼ਾ ਸਾਡੇ ਕੰਨਾਂ ਦੇ ਵਿੱਚ ਰਸ ਘੋਲਦੇ ਰਹਿਣਗੇ। ਪੰਜਾਬ ਅਤੇ ਬਾਹਰਲੇ ਮੁਲਕਾਂ ਵਿੱਚ ਰਹਿੰਦੇ ਪੰਜਾਬੀਆਂ ਦੇ ਦਿਲੋ ਦਿਮਾਗ ਉੱਤੇ ਲੰਬਾ ਸਮਾਂ ਰਾਜ ਕਰਨ ਵਾਲੀ ਸੁਰੀਲੀ ਆਵਾਜ਼ ਦੀ ਮਲਿਕਾ ਨਰਿੰਦਰ ਬੀਬਾ ਜੀ ਨੂੰ 27 ਜੂਨ 1997 ਦੀ ਰਾਤ ਨੇ ਸਾਥੋਂ ਸਦਾ ਲਿਖੋ ਲਿਆ ਸੀ। ਪੰਜਾਬੀ ਸੰਗੀਤ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਨਰਿੰਦਰ ਬੀਬਾ ਦੇ ਜ਼ਿਕਰ ਤੋਂ ਬਗੈਰ ਅਧੂਰਾ ਹੈ। ਲਓ ਜੀ ਗੱਲ ਕਰਦੇ ਉਹਨਾਂ ਦੇ ਜਨਮ ਦੀ। ਬੀਬਾ ਜੀ ਦਾ ਜਨਮ ਪਾਕਿਸਤਾਨ ਦੇ ਸਰਗੋਧਾ ਜ਼ਿਲ੍ਹੇ ਦੇ ਚੱਕ 120 ਵਿੱਚ ਪਿਤਾ ਫਤਿਹ ਸਿੰਘ ਦੇ ਗ੍ਰਹਿ ਵਿਖੇ 13 ਅਪ੍ਰੈਲ 1941 ਨੂੰ ਹੋਇਆ। ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਰੱਖਣ ਵਾਲੀ ਬੀਬਾ ਜੀ ਨੂੰ ਗਾਇਕੀ ਵਿਰਸੇ ਵਿੱਚੋਂ ਨਹੀਂ ਸੀ ਮਿਲੀ, ਸਗੋਂ ਆਪਣੀ ਮਿਹਨਤ ਅਤੇ ਰਿਆਜ਼ ਦੇ ਨਾਲ ਇਹ ਉੱਚਾ ਮੁਕਾਮ ਹਾਸਲ ਕੀਤਾ ਸੀ। ਪਰ ਨਿਰੀ ਮਿਹਨਤ ਅਤੇ ਅਭਿਆਸ ਉਨ੍ਹਾਂ ਚਿਰ ਰੰਗ ਨਹੀਂ ਵਿਖਾਉਂਦੀ ਜਿੰਨਾ ਚਿਰ ਉਸਤਾਦ ਦੇ ਹੱਥ ਨਾ ਲੱਗੇ ਹੋਣ। ਨਰਿੰਦਰ ਬੀਬਾ ਜੀ ਨੇ ਗੀਤ ਸੰਗੀਤ ਦੀ ਸਿੱਖਿਆ ਲੈਣ ਲਈ ਸਮੇਂ ਦੇ ਬਹੁਤ ਵੱਡੇ ਗਾਇਕ ਨੂੰ ਉਸਤਾਦ ਧਾਰਿਆ। ਉਹਨਾਂ ਦੇ ਉਸਤਾਦ ਸ਼੍ਰੀ ਲਾਲ ਚੰਦ ਯਮਲਾ ਜੱਟ ਜੀ ਸੀ। ਨਰਿੰਦਰ ਬੀਬਾ ਉਹਨਾਂ ਨੇ ਲੋਕ ਗਾਇਕੀ ਦੀ ਤਾਲੀਮ ਉਹਨਾਂ ਤੋਂ ਲਈ, ਪਰ ਅਸੀਂ ਸਾਰੇ ਜਾਣਦੇ ਹਾਂ ਕਿ ਗਾਇਕ ਉਨ੍ਹਾਂ ਚਿਰ ਗਾਇਕੀ ਦੀਆਂ ਬਰੀਕੀਆਂ ਤੋਂ ਜਾਣੂ ਨਹੀਂ ਹੋ ਸਕਦਾ ਜਿੰਨਾ ਚਿਰ ਉਹਨੂੰ ਕਲਾਸੀਕਲ ਸੰਗੀਤ ਦੀ ਜਾਣਕਾਰੀ ਨਾ ਹੋਵੇ। ਸੋ ਬੀਬਾ ਜੀ ਨੇ ਕਲਾਸੀਕਲ ਸੰਗੀਤ ਦੀ ਸਿੱਖਿਆ ਮਾਸਟਰ ਹਰੀਦੇਵ ਤੋਂ ਹਾਸਲ ਕੀਤੀ। ਨਰਿੰਦਰ ਬੀਬਾ ਜੀ ਨੇ ਹਰ ਕਿਸਮ ਦੇ ਗੀਤ ਗਾ ਕੇ ਆਪਣੀ ਮੁਹਾਰਤ ਦਾ ਸਬੂਤ ਦਿੱਤਾ। ਫਿਰ ਭਾਵੇਂ ਦਰਦ ਅਤੇ ਵਿਛੋੜੇ ਦੇ ਗੀਤ ਹੋਣ, ਵਿਆਹ ਮੌਕੇ ਗਾਈਆਂ ਜਾਣ ਵਾਲੀਆਂ ਘੋੜੀਆਂ ਜਾਂ ਧਮਾਲਾਂ ਹੋਣ, ਉਹਨਾਂ ਦੇ ਗੀਤਾਂ ਵਿੱਚੋਂ ਪੰਜਾਬ, ਪੰਜਾਬ ਦੀ ਰਹਿਤਲ ਅਤੇ ਇਤਿਹਾਸ ਬੋਲਦਾ ਸੀ। ਗਾਇਕੀ ਦੇ ਪਾਰਖੂਆਂ ਦੇ ਦੱਸਣ ਮੁਤਾਬਕ 3.5 ਮਿੰਟ ਲੰਬੀ ਹੇਕ ਦਾ ਰਿਕਾਰਡ ਬੀਬਾ ਜੀ ਨੇ ਬਣਾਇਆ ਸੀ। ਨਰਿੰਦਰ ਬੀਬਾ ਜੀ ਨੇ ਚੰਨ ਮਾਤਾ ਗੁਜਰੀ ਦਾ, ਦੋ ਬੜੀਆਂ ਕੀਮਤੀ ਜਿੰਦਾਂ, ਮਾਤਾ ਗੁਜਰੀ ਨੂੰ ਦਿਓ ਨੀ ਵਧਾਈਆਂ, ਮੇਰੇ ਲਾਡਲੇ ਲਾਲ ਦੇ ਲਾਲ, ਮਾਹੀ ਵੇ ਲੈ ਕੇ ਛੁੱਟੀਆਂ ਮਹੀਨੇ ਦੀਆਂ ਆ, ਮੁੱਖ ਮੋੜ ਗਏ ਦਿਲਾਂ ਦੇ ਜਾਨੀ, ਇੰਨੀ ਜ਼ੋਰ ਦੀ ਮਰੋੜੀ ਮੇਰੀ ਬਾਂਹ ਜੱਟ ਨੇ ਅਤੇ ਚੰਡੀਗੜ੍ਹ ਰਹਿਣ ਵਾਲੀ, ਅਸੀਂ ਪੇਂਡੂ ਨੀ ਦਿਲਾਂ ਦੇ ਮਾੜੇ ਜਾਂ ਚਿੱਟੀਆਂ ਕਪਾਹ ਦੀਆਂ ਫੁੱਟੀਆਂ ਵਰਗੇ ਅਮਰ ਗੀਤ ਗਾਏ ਜੋ ਅੱਜ ਵੀ ਲੋਕਾਂ ਦੇ ਚੇਤਿਆਂ ਵਿੱਚ ਵਸੇ ਹੋਏ ਨੇ। ਨਰਿੰਦਰ ਬੀਬਾ ਜੀ ਦੀ ਸੰਗੀਤ ਮੰਡਲੀ ਵਿੱਚ ਉਹਨਾਂ ਦੇ ਭਰਾ ਰਣਬੀਰ ਸਿੰਘ ਰਾਣਾ ਅਤੇ ਫਕੀਰ ਸਿੰਘ ਫਕੀਰ ਹੁੰਦੇ, ਉਹਨਾਂ ਨਾਲ ਅਲਗੋਜ਼ਿਆਂ 'ਤੇ ਸੰਗਤ ਕਰਦੇ, ਅਤੇ ਅਲਗੋਜ਼ਿਆਂ ਵਾਲਾ ਬਿੱਲੀ ਰਾਮ ਜੋ ਆਪਣੇ ਖੇਤਰ ਵਿੱਚ ਇੱਕ ਸਿਖਰਲਾ ਨਾਂ ਸੀ। ਨਰਿੰਦਰ ਬੀਬਾ ਜੀ ਜਿੱਥੇ ਸੋਲੋ ਗਾਇਕੀ ਵਿੱਚ ਝੰਡੀ ਗੱਡੀ, ਉੱਥੇ ਦੋ ਗਾਣਾ ਗਾਇਕੀ ਵਿੱਚ ਵੀ ਉਹਨਾਂ ਨੇ ਅਜਿਹਾ ਮਾਰਕਾ ਮਾਰਿਆ ਕਿ ਉਹਨਾਂ ਦੇ ਗਾਏ ਦੋ ਗਾਣੇ ਅੱਜ ਵੀ ਲੋਕਾਂ ਦੇ ਮੂੰਹ 'ਤੇ ਚੜ੍ਹੇ ਹੋਏ ਨੇ। ਨਰਿੰਦਰ ਬੀਬਾ ਜੀ ਨੇ ਆਪਣੀ ਸਭ ਤੋਂ ਪਹਿਲੀ ਜੋੜੀ ਗਾਇਕ ਜਗਤ ਸਿੰਘ ਜੱਗਾ ਦੇ ਨਾਲ ਬਣਾਈ, ਅਤੇ ਫਿਰ ਹੋਰ ਅਨੇਕਾਂ ਗਾਇਕਾਂ ਨਾਲ ਰਲ ਕੇ ਦੋ ਗਾਣੇ ਗਾਏ। ਜਿਨ੍ਹਾਂ ਨੇ ਜਗਤ ਸਿੰਘ ਜੱਗੇ ਅਤੇ ਨਰਿੰਦਰ ਬੀਬਾ ਦੇ ਗਾਏ ਮਿਰਜ਼ੇ ਨੂੰ ਸੁਣਿਆ ਹੈ, ਉਹ ਹੀ ਜਾਣਦੇ ਨੇ ਕਿ ਉਹਨਾਂ ਨੇ ਗਾਇਕੀ ਨੂੰ ਕਿੱਡੀ ਵੱਡੀ ਸਿਖਰ ਬਖਸ਼ੀ ਸੀ। ਜਿਵੇਂ ਕੋਈ
ਪਾਰਸ ਨਾਲ ਲੱਗ ਕੇ ਸੋਨਾ ਹੋ ਜਾਂਦਾ ਹੈ। ਇੰਝ ਹੀ ਜਿਨ੍ਹਾਂ ਨੇ ਉਹਦੇ ਨਾਲ ਦੁਗਾਣਾ ਗੀਤ ਗਾਏ ਉਹਨਾਂ ਗਾਇਕਾਂ ਨੂੰ ਗਾਇਕੀ ਦੇ ਖੇਤਰ ਵਿੱਚ ਨਾਮ ਕਮਾਉਣ ਵਿੱਚ ਕਾਫੀ ਮਦਦ ਮਿਲੀ। ਕਿਹਾ ਜਾ ਸਕਦਾ ਕਿ ਕਈ ਗਾਇਕਾਂ ਨੇ ਉਹਨਾਂ ਨਾਲ ਗਾ ਕੇ ਗਾਇਕੀ ਦੇ ਮੈਦਾਨ ਵਿੱਚ ਮਾਨਤਾ ਖੱਟੀ। ਨਰਿੰਦਰ ਬੀਬਾ ਜੀ ਨੇ ਜਗਤ ਸਿੰਘ ਜੱਗਾ, ਫਕੀਰ ਸਿੰਘ ਫਕੀਰ, ਕਰਨੈਲ ਸਿੰਘ ਗਿੱਲ, ਦੀਦਾਰ ਸੰਧੂ, ਹਰਚਰਨ ਗਰੇਵਾਲ, ਵੀਰ ਚੰਦ ਗੋਪੀ, ਰਮੇਸ਼ ਰੰਗੀਲਾ, ਗੁਰਦਿਆਲ ਨਿਰਮਾਣ, ਮੁਹੰਮਦ ਸਦੀਕ ਅਤੇ ਹਿੰਦੀ ਫਿਲਮ ਜਗਤ ਦੇ ਸੁਪ੍ਰਸਿੱਧ ਗਾਇਕ ਮੁਹੰਮਦ ਰਫੀ ਅਤੇ ਮਹਿੰਦਰ ਕਪੂਰ ਦੇ ਨਾਲ ਵੀ ਦੋ ਗਾਣੇ ਗਾਏ। ਅਤੇ ਗੀਤਕਾਰਾਂ ਵਿੱਚ ਪ੍ਰਸਿੱਧ ਗੀਤਕਾਰਾਂ ਚਰਨ ਸਿੰਘ ਸਫਰੀ, ਗੁਰਦੇਵ ਸਿੰਘ ਮਾਨ ਮਰਾੜਾਂ ਵਾਲਾ, ਚੰਨ ਗੁਰਾਇਆਂ ਵਾਲਾ, ਦੀਪਕ ਜੈਤੋਈ ਅਤੇ ਹੋਰ ਗੀਤਕਾਰਾਂ ਦੇ ਗੀਤਾਂ ਨੂੰ ਗਾਇਆ। ਉਹਨਾਂ ਕਈ ਗੀਤਕਾਰਾਂ ਦੇ ਗੀਤ ਗਾ ਕੇ ਉਹਨਾਂ ਨੂੰ ਲੋਕ ਗੀਤਾਂ ਦਾ ਦਰਜਾ ਦਿਵਾਇਆ। ਇੱਕ ਅੰਦਾਜ਼ੇ ਮੁਤਾਬਕ ਬੀਬਾ ਜੀ ਨੇ 6000 ਤੋਂ ਵੱਧ ਗੀਤਾਂ ਨੂੰ ਆਵਾਜ਼ ਦਿੱਤੀ। ਉਹਨਾਂ ਇਹਨਾਂ ਗੀਤਾਂ ਨੂੰ ਗਾਇਆ ਹੀ ਨਹੀਂ ਸਗੋਂ ਅਮਰ ਕਰ ਦਿੱਤਾ। ਸਭ ਤੋਂ ਪਹਿਲਾਂ ਉਹਨਾਂ ਦੇ ਗੀਤ ਪ੍ਰਸਿੱਧ ਕੰਪਨੀ HMV ਨੇ ਰਿਕਾਰਡ ਕੀਤੇ, ਜਿਨ੍ਹਾਂ ਵਿੱਚੋਂ ਗੁਰਦੇਵ ਸਿੰਘ ਮਾਨ ਦਾ ਲਿਖਿਆ ਗੀਤ ਰਾਤੀ ਸੀ ਉਡੀਕਾਂ ਤੇਰੀਆਂ, ਸੁੱਤੇ ਪਾਲਣਾ ਹਿਜ਼ਰ ਦੇ ਮਾਰੇ, ਇਹ ਬਹੁਤ ਚਰਚਿਤ ਹੋਇਆ। ਅਤੇ ਉਸ ਤੋਂ ਬਾਅਦ ਤਾਂ ਹਰ ਗੀਤ ਇੱਕ ਨਵੀਂ ਤਾਰੀਖ ਬਣਦਾ ਗਿਆ। ਉਹਨਾਂ ਦੇ ਗੀਤਾਂ ਵਿੱਚੋਂ ਆਲ ਮਾਏ ਸਾਂਭ ਕੁੰਜੀਆਂ, ਗੜਵਾ ਲੈ ਦੇ ਚਾਂਦੀ ਦਾ, ਹੱਥੀ ਤੇਰੇ ਸੱਜਣਾਂ ਨੂੰ, ਸੋ ਮੈਨੂੰ ਰੇਸ਼ਮੀ ਰੁਮਾਲ ਵਾਂਗੂ ਰੱਖ ਮੁੰਡਿਆ, ਕਿੱਕਰ ਅਤੇ ਕਾਟੋ ਰਹਿੰਦੀ, ਛੰਨਾ ਵੇਚ ਕੇ ਲਿਆ ਦੇ ਗਹਿਣੇ ਮੁੰਡਿਆ, ਇਹਨਾਂ ਗੀਤਾਂ ਨੇ ਮਕਬੂਲੀਅਤ ਦੀਆਂ ਸਿਖਰਾਂ ਨੂੰ ਛੋਇਆ। ਅਤੇ ਇਸ ਤੋਂ ਇਲਾਵਾ ਬੀਬਾ ਜੀ ਨੇ ਚਰਨ ਸਿੰਘ ਸਫਰੀ ਦੇ ਧਾਰਮਿਕ ਗੀਤਾਂ ਨੂੰ ਗਾ ਕੇ ਵੀ ਬਹੁਤ ਮਾਨਤਾ ਖੱਟੀ। ਬੀਬਾ ਜੀ ਨੇ ਆਪਣੇ ਰਵਾਇਤੀ ਲੋਕ ਸਾਜ਼ਾਂ ਦਾ ਸਾਥ ਨਹੀਂ ਛੱਡਿਆ। ਅਲਗੋਜ਼ਾ ਉਹਨਾਂ ਦੇ ਸੰਗੀਤ ਦੇ ਵਿੱਚ ਇੱਕ ਖਾਸ ਸਾਜ਼ ਸੀ। ਅਲਗੋਜ਼ਾ ਮਾਸਟਰ ਬੇਲੀ ਰਾਮ ਨੇ ਉਹਨਾਂ ਨਾਲ 30 ਸਾਲ ਸੰਗਤ ਕੀਤੀ। ਉਹਨਾਂ ਪੰਜਾਬੀ ਫਿਲਮ ਤੇਰੀ ਮੇਰੀ ਇੱਕ ਜਿੰਦੜੀ, ਦਾਜ ਅਤੇ ਪੁੱਤ ਜੱਟਾਂ ਦੇ ਵਿੱਚ ਗਾਇਆ। ਨਾਜ਼ਰੀਨ, ਅੱਜ ਅਸੀਂ ਪੰਜਾਬੀ ਲੋਕ ਗਾਇਕਾ ਨਰਿੰਦਰ ਬੀਬਾ ਜੀ ਬਾਰੇ ਚਰਚਾ ਕਰ ਰਹੇ ਹਾਂ। ਨਰਿੰਦਰ ਬੀਬਾ ਨੇ ਸਿਰਫ 54 ਵਰ੍ਹਿਆਂ ਦੀ ਉਮਰ ਭੋਗੀ। ਪੰਜਾਬੀ ਦੀਆਂ ਮਹਾਨ ਗਾਇਕਾਂ ਵਿੱਚੋਂ ਸਭ ਤੋਂ ਘੱਟ ਉਮਰ ਉਹਨਾਂ ਦੇ ਹਿੱਸੇ ਹੀ ਆਈ, ਪਰ ਉਹਨਾਂ ਦੇ ਗਾਏ ਗੀਤਾਂ ਦੀ ਉਮਰ ਸਾਲਾਂ ਤੋਂ ਕਿਤੇ ਲੰਬੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਵਿੱਚ ਇੱਕ ਅਜਿਹਾ ਦੌਰ ਵੀ ਆਇਆ ਜਦੋਂ AK-47 ਸਾਜ਼ਾਂ ਅਤੇ ਸਾਰੰਗੀਆਂ ਉੱਤੇ ਭਾਰੂ ਹੋ ਗਏ। ਗਾਇਕਾਂ ਨੂੰ ਗਾਉਣੋਂ ਵਰਜ਼ ਦਿੱਤਾ ਗਿਆ। ਅਮਰ ਸਿੰਘ ਚਮਕੀਲੇ ਅਤੇ ਅਮਰਜੋਤ ਨੂੰ ਲੱਗੇ ਅਖਾੜੇ ਵਿੱਚ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ। ਇਸ ਤੋਂ ਪਹਿਲਾਂ 1986 ਵਿੱਚ ਹੀ ਖਾੜਕੋਆਂ ਨੇ ਪੇਂਡੂ ਉਖਾੜਿਆਂ ਦੌਰਾਨ ਕਈ ਗਾਇਕਾਂ ਦੀ ਖਿੱਚ ਧੂ ਤਾਂ ਸ਼ੁਰੂ ਕਰ ਦਿੱਤੀ ਸੀ, ਪਰ ਇਸ ਗੱਲ ਦੀ ਕਿਸੇ ਨੂੰ ਉੱਕਾ ਹੀ ਆਸ ਨਹੀਂ ਸੀ ਕਿ ਇਹ AK-47 ਦੇ ਮੂੰਹ ਇਹਨਾਂ ਵੱਲ, ਯਾਨੀ ਕਿ ਗਾਇਕਾਂ ਵੱਲ ਵੀ ਘੁਮਾਉਣਗੇ। ਉਦੋਂ ਹੀ ਦੀਦਾਰ ਸੰਧੂ ਨੇ ਨਾ ਗਾਉਣ ਲਈ ਕੰਨ ਖਿੱਚੇ ਸੀ। ਸੰਦੀਲਾ ਵੀ ਡਰ ਗਿਆ ਸੀ। ਕੁਪੱਤ ਇਕਥਾ ਸਿੰਘਾਂ ਨੇ ਪਰਮਿੰਦਰ ਸੰਧੂ ਨਾਲ ਵੀ ਕਰ ਦਿੱਤੀ ਸੀ, ਪਰ ਅਜਿਹਾ ਦੌਰ ਵੀ ਆਇਆ ਕਿ ਗਾਇਕਾਂ ਕੋਲੋਂ ਦਸਵੰਦ ਅੰਗਰਾਉਣ ਦੀ ਸ਼ੁਰੂਆਤ ਹੋ ਗਈ। ਲੁਧਿਆਣਾ ਸ਼ਹਿਰ ਗਾਇਕਾਂ ਦੀ ਰਾਜਧਾਨੀ ਕਰਕੇ ਜਾਣਿਆ ਜਾਂਦਾ ਸੀ। ਬੱਸ ਅੱਡੇ ਦੇ ਸਾਹਮਣੇ ਚੁਬਾਰਿਆਂ ਵਿੱਚ ਵੱਖ ਵੱਖ ਗਾਇਕਾਂ ਦੇ ਸਾਈਨ ਬੋਰਡ ਲੱਗੇ ਹੋਏ ਹੁੰਦੇ ਸੀ। ਗਾਇਕਾਂ ਨੇ ਡਰ ਕੇ ਆਪਣੇ ਦਫ਼ਤਰਾਂ ਤੋਂ ਬੋਰਡ ਉਤਾਰਨੇ ਸ਼ੁਰੂ ਕਰ ਦਿੱਤੇ। ਸਿੱਖ ਇਤਿਹਾਸ ਨੂੰ ਸਭ ਤੋਂ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਗਾਉਣ ਵਾਲੇ ਨਰਿੰਦਰ ਬੀਬਾ ਨੂੰ ਆਪਣੀ ਪੀਲੀ ਕੋਠੀ ਵਿੱਚ ਉਹ ਵੀ ਦੁੱਬ ਕੇ ਬੈਠ ਗਈ। ਉਸਨੂੰ ਇਸ ਮਾਹੌਲ ਦਾ ਡਾਢਾ ਦੁੱਖ ਸੀ। ਚਾਹੀਦਾ ਤਾਂ ਇਹ ਸੀ ਕਿ ਸਿੱਖ ਇਤਿਹਾਸ ਨੂੰ ਗਾ ਕੇ ਪੰਜਾਬੀ ਮਨਾਂ ਦੇ ਚੇਤਿਆਂ ਦਾ ਹਿੱਸਾ ਬਣਾਉਣ ਵਾਲੀ ਬੀਬਾ ਜੀ ਦਾ ਉਚੇਚਾ ਸਨਮਾਨ ਕੀਤਾ ਜਾਂਦਾ, ਪਰ ਦੂਜੇ ਗਾਇਕਾਂ ਵਾਂਗ ਬੀਬਾ ਜੀ ਦੇ ਗਲੇ ਵਿੱਚ ਵੀ ਸੁਰਾਂ ਨੂੰ ਘੁੱਟ ਦਿੱਤਾ ਗਿਆ। ਉਹਨਾਂ ਨੂੰ ਇਸ ਗੱਲ ਦਾ ਦੁੱਖ ਵੀ ਸੀ ਕਿ ਗਾਇਕਾਂ ਅਤੇ ਗਾਇਕਾਵਾਂ ਦੀ ਰੋਜ਼ੀ ਰੋਟੀ ਦਾ ਸਾਧਨ ਤਾਂ ਸੰਗੀਤ ਤੋਂ ਬਿਨਾਂ ਹੋਰ ਕੁਝ ਹੈ ਹੀ ਨਹੀਂ। ਉਹਨਾਂ ਦਾ ਗਾਉਣਾ ਨਾ ਤਾਂ ਖੋਲਿਆ ਗਿਆ ਹੈ ਅਤੇ ਉਹਨਾਂ ਦੀ ਰੋਟੀ ਦੀ ਬੁਰਕੀ ਨਾ ਤਾਂ ਖੁਸ ਗਈ। ਉਹਨੇ ਸੋਚਿਆ ਕਿ ਕਿਉਂ ਨਾ ਖਾੜਕੂ ਨੂੰ ਮਿਲ ਕੇ ਉਹਨਾਂ ਨਾਲ ਗੱਲਬਾਤ ਕੀਤੀ ਜਾਣੀ ਚਾਹੀਦੀ ਹੈ। ਉਹ ਦਫ਼ਤਰਾਂ ਵਿੱਚ ਹੀ ਸੁੰਨ ਮਸਾਨ ਤੋਂ ਦੁਖੀ ਸੀ। ਸਭ ਗਾਇਕ ਸਹਿਮੇ ਅਤੇ ਡਰੇ ਪਏ ਸੀ। ਨਰਿੰਦਰ ਬੀਬਾ ਹੁਣੀ ਕਿਹਾ ਕਰਦੇ ਸੀ ਕਿ ਇਹਨਾਂ ਦਿਨਾਂ ਬਾਰੇ ਤਾਂ ਕਦੇ ਸੋਚਿਆ ਤੱਕ ਨਹੀਂ ਸੀ। 47 ਵਿੱਚ ਜ਼ਖਮੀ ਹੋਏ ਸਾਰੇ ਲੋਕ ਹਾਲੇ ਮਰੇ ਨਹੀਂ, ਜਿਉਂਦੇ ਨੇ। ਉਹਨਾਂ ਨੂੰ ਪੀੜਾ ਪੁੱਛ ਕੇ ਤਾਂ ਵੇਖੋ। ਉਹਨੂੰ ਕਿਸੇ ਤੋਂ ਪਤਾ ਲੱਗਾ ਕਿ ਕੁਝ ਮੁੰਡੇ ਅਸਾਲਟਾ ਲੈ ਕੇ ਉਹਦੇ ਘਰ ਦੁਆਲੇ ਘੁੰਮ ਰਹੇ ਨੇ। ਉਹਨੂੰ ਇਹ ਵੀ ਪਤਾ ਲੱਗਾ ਕਿ ਖਾੜਕੂਆਂ ਨੇ ਮੁਹੰਮਦ ਸਦੀਕ ਅਤੇ ਹੋਰ ਕਈ ਗਾਇਕਾਂ ਨੂੰ ਕਿਹਾ ਹੈ ਕਿ ਉਹ ਆਪਣਾ ਦਸਵੰਦ ਆਲਮਗੀਰ ਗੁਰਦੁਆਰੇ ਜਾ ਕੇ ਜਮ੍ਹਾਂ ਕਰਵਾਉਣ। ਲਓ ਜੀ, ਇਹ ਸੁਣ ਕੇ, ਇਹ ਜਾਣ ਕੇ ਨਰਿੰਦਰ ਬੀਬਾ ਜੀ ਆਪਣੇ ਭਰਾ ਫਕੀਰ ਸਿੰਘ ਫਕੀਰ ਨੂੰ ਲੈ ਕੇ ਆਲਮਗੀਰ ਗੁਰਦੁਆਰੇ ਗਈ। ਉਹਦੇ ਮਨ ਵਿੱਚ ਸੀ ਕਿ ਜਾ ਕੇ ਅਸੀਂ ਇਹਨਾਂ ਦਾ ਮਿਹਨਤ ਤਰਲਾ ਕਰ ਲੈਂਦੇ ਹਾਂ ਅਤੇ ਗਾਇਕਾਂ ਵਿਚਾਰੇ ਨੂੰ ਤਾਂ ਛੱਡ ਦਿਓ, ਇਹਨਾਂ ਤੂੰਬੀ ਵਜਾਉਣ ਵਾਲਿਆਂ ਨੂੰ ਰਫਲਾਂ ਸਟੇਨ ਗੰਨਾਂ ਨਾ ਦਿਖਾਓ।
ਉਹਨੂੰ ਸਿੱਖ ਇਤਿਹਾਸ ਗਾਏ ਹੋਣ ਦਾ ਮਾਣ ਵੀ ਸੀ ਅਤੇ ਸਿੱਖ ਹੋਣ ਦਾ ਵੀ। ਗਈ ਤਾਂ ਉਹ ਇਸ ਕਰਕੇ ਸੀ ਕਿ ਚਲੋ ਮੇਰੀ ਗੱਲ ਸੁਣ ਲੈਣਗੇ, ਮੰਨ ਲੈਣਗੇ, ਪਰ ਉੱਥੇ ਕਿਸੇ ਨੇ ਪੈਰਾਂ 'ਤੇ ਪਾਣੀ ਨਾ ਪੈਣ ਦਿੱਤਾ। ਸਾਰੇ ਕਹਿਣ ਸਾਨੂੰ ਨਹੀਂ ਪਤਾ ਕੌਣ ਜਾਂਦਾ ਤੁਹਾਨੂੰ ਧਮਕਾਉਣ। ਉਸਨੇ ਕਿਹਾ ਤੁਹਾਡਾ ਸੁਨੇਹਾ ਹੀ ਲੱਗਾ ਸੀ ਕਿ ਗੁਰਦੁਆਰਾ ਆਲਮਗੀਰ ਵਿੱਚ ਦਸਵੰਦ ਜਮ੍ਹਾਂ ਕਰਾਓ। ਲਓ ਜੀ, ਪਰ ਕਿਸੇ ਨੇ ਵੀ ਉਹਦੀ ਗੱਲ ਦਾ ਹੁੰਗਾਰਾ ਨਾ ਭਰਿਆ। ਉਹ ਉੱਥੋਂ ਨਿਰਾਸ਼ ਅਤੇ ਉਦਾਸ ਹੋ ਕੇ ਮੂੰਹ ਲਟਕਾ ਕੇ ਵਾਪਸ ਆ ਗਈ। ਉਹਨੇ ਇੱਕ ਉਦਾਸੀ ਵਿੱਚ ਲੰਬਾ ਹੌਕਾ ਲਿਆ ਕੇ ਰਾਬੀ ਜਾਣੇ ਹੁਣ ਅੱਗੇ ਕੀ ਹੋ। ਉਸ ਦਿਨ ਉਹ ਇਸ ਹੱਦ ਤੱਕ ਭਾਵੁਕ ਸੀ ਕਿ ਉਹਨੇ ਕਈ ਵਾਰੇ ਵਾਕ ਦੁਹਰਾਇਆ ਕਿ ਇਹ ਲੋਕ ਤਾਂ ਗਾਉਣ ਤੋਂ ਸਿਵਾ ਕੁਝ ਕਰਨ ਜੋਗੇ ਹੈ ਹੀ ਨਹੀਂ। ਮੇਰੇ ਕੋਲ ਵੀ ਘਰ ਹੀ ਘਰ ਹੈ, ਹੋਰ ਕੀ ਕਰੀਏ, ਹੋਰ ਮੇਰੇ ਕੋਲ ਕੋਈ ਕਾਰੋਬਾਰ ਹੈ ਹੀ ਨਹੀਂ, ਆਉਂਦਾ ਵੀ ਤਾਂ ਕੁਝ ਨਹੀਂ। ਇਹ ਦੁੱਖ ਸਾਰੇ ਗਾਇਕਾਂ ਦਾ ਵਾ ਸਾਂਝਾ ਸੀ ਅਤੇ ਉਹਦੇ ਸਾਂਝੇ ਦੁੱਖ ਦੀ ਆਵਾਜ਼ ਉਠਾਈ। ਇਸ ਤੋਂ ਇਲਾਵਾ ਵੀ ਉਹ ਲੋੜਵੰਦ ਗਾਇਕਾਂ ਦੀ ਸਹਾਇਤਾ ਕਰਨ ਲਈ ਅੱਗੇ ਆਉਂਦੇ ਅਤੇ ਜਦੋਂ ਦਿਲਸ਼ਾਦ ਅਖਤਰ ਨੂੰ ਕਿਸੇ ਪੁਲਸੀਏ ਨੇ ਲੱਗੇ ਅਖਾੜੇ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਤਾਂ ਇਹ ਵੀ ਨਰਿੰਦਰ ਬੀਬਾ ਹੀ ਸੀ ਜਿਸ ਨੇ ਆਪਣੀ ਪੀਲੀ ਕੋਠੀ ਵਿੱਚ ਗਾਇਕਾਂ ਦਾ ਇਕੱਠ ਬੁਲਾਇਆ ਸੀ ਤਾਂ ਕਿ ਦਿਲਸ਼ਾਦ ਅਖਤਰ ਦੀ ਸਹਾਇਤਾ ਕੀਤੀ ਜਾਵੇ ਅਤੇ ਅਜਿਹਾ ਫੰਡ ਵੀ ਕਾਇਮ ਕੀਤਾ ਜਾ ਸਕੇ ਜਿਸ ਨਾਲ ਸਮੇਂ-ਸਮੇਂ ਮੁਸ਼ਕਲ ਵਿੱਚ ਫਸੇ ਗਾਇਕਾਂ ਦੀ ਸਹਾਇਤਾ ਕੀਤੀ ਜਾ ਸਕੇ। ਕਿਹਾ ਜਾਂਦਾ ਹੈ ਕਿ ਸਾਕਾ ਸਰਹੰਦ ਅਤੇ ਚੰਨ ਮਾਤਾ ਗੁਜਰੀ ਜੀ ਦਾ ਗਾਉਣ ਵਾਲੀ ਨਰਿੰਦਰ ਬੀਬਾ ਨੂੰ ਵੀ ਧਮਕੀ ਭਰਿਆ ਪੱਤਰ ਮਿਲਿਆ ਸੀ। ਕਿਉਂ, ਇਹਦੇ ਬਾਰੇ ਹਾਲੇ ਤਾਂ ਕੋਈ ਇਲਮ ਨਹੀਂ। ਅਤੇ ਜਿੱਦਣ ਦੁਗਰੀ ਰੋਡ ਚਮਕੀਲੇ ਦਾ ਭੋਗ ਸੀ ਉਹ ਕੀਰਤਨ ਆਰੰਭ ਹੋਣ ਵੇਲੇ ਆਈ ਅਤੇ ਮੱਥਾ ਟੇਕ ਕੇ ਚੁੱਪ ਚਾਪ ਚਮਕੀਲੇ ਦੀਆਂ ਭੈਣਾਂ ਪਿੱਛੇ ਬੈਠ ਗਈ। ਐਨਕਾਂ ਉਤਾਰ ਕੇ ਚੁੰਨੀ ਦੇ ਪੱਲੇ ਨਾਲ ਵਾਰ ਵਾਰ ਅੱਖਾਂ ਪੂੰਝਦੀ ਅਤੇ ਜਦੋਂ ਸ਼ਰਧਾਂਜਲੀ ਭੇਟ ਕਰਨ ਦਾ ਵੇਲਾ ਆਇਆ ਤਾਂ ਜੱਸੋਵਾਲ ਨੇ ਪੱਤਰਕਾਰ ਅਸ਼ੋਕ ਭੌਰੇ ਨੂੰ ਕਿਹਾ ਕਿ ਜਾ ਬੀਬਾ ਜੀ ਨੂੰ ਪੁੱਛ ਕੇ ਕੁਝ ਬੋਲਣਾ ਹੈ। ਤਾਂ ਨਰਿੰਦਰ ਬੀਬਾ ਜੀ ਨੇ ਜਵਾਬ ਦਿੱਤਾ ਨਹੀਂ, ਹੁਣ ਬੋਲਣ ਲਈ ਕੀ ਬਚਿਆ। ਜੱਸੋਵਾਲ ਜੀ ਨੂੰ ਕਹਿ ਦੇਣਾ ਕਿ ਗੋਲੀਆਂ ਵੀ ਦੱਸ ਦੇਣ ਕਿ ਕਿੰਨੀਆਂ ਮਾਰੀਆਂ ਉਹਨਾਂ ਨੇ ਸਾਡੇ ਵਰਗੇ ਗਰੀਬੜਿਆਂ ਨੂੰ, ਅਤੇ ਉਹ ਚੁੰਨੀ ਦਾ ਲੜ ਫੜ ਕੇ ਫਿਰ ਅੱਖਾਂ ਫੇਰਨ ਲੱਗ ਪਈ। ਖੈਰ ਉਹ ਉੱਥੇ ਤਾਂ ਨਾ ਬੋਲੀ, ਪਰ ਜਦੋਂ ਆਖਰੀ ਰਸਮਾਂ ਵਾਲਾ ਇਹ ਸਮਾਗਮ ਮੁੱਕਿਆ ਤਾਂ ਸਭ ਆਪੋ ਆਪਣੇ ਰਾਹੀਂ ਤੁਰਨ ਲੱਗੇ। ਪੰਜਾਬੀ ਟ੍ਰਿਬਿਊਨ ਦਾ ਪੱਤਰ ਪ੍ਰੇਰਕ ਸਵਾਲ ਤਾਂ ਸ਼ਾਇਦ ਸ਼ਿੰਦੇ ਨੂੰ ਕਰਨ ਲੱਗਾ ਸੀ, ਪਰ ਨਰਿੰਦਰ ਬੀਬਾ ਗੱਡੀ ਵਿੱਚ ਬੈਠਣ ਲੱਗਿਆ ਆਪ ਮੁਹਾਰੇ ਬੋਲ ਪਈ ਜਿਵੇਂ ਸ਼ਰਧਾਂਜਲੀ ਭੇਟ ਕਰਨ ਤੋਂ ਰਿਹਾ ਨਾ ਗਿਆ ਹੋਵੇ। ਹਰ ਯੁੱਗ ਵਿੱਚ ਲਹਿਰਾਂ ਤਾਂ ਬੜੀਆਂ ਚੱਲਦੀਆਂ ਰਹੀਆਂ ਨੇ, ਪਰ ਇਹ ਪਹਿਲੀ ਵਾਰ ਵੇਖਿਆ ਕਿ ਨਿਹੱਥੀਆਂ ਸੁਰਾਂ ਦਾ ਕਤਲ, ਜੀ ਜੀ ਕਰਨ ਵਾਲੇ ਗਵਈਆਂ ਦੇ ਛਲਣੀ ਹੁੰਦੇ ਸਰੀਰ। ਉਹ ਮੁੰਡੇ ਹੋਸ਼ ਕਰੋ, ਪਤਾ ਨਹੀਂ ਕੀ ਹੋ ਗਿਆ ਤੁਹਾਨੂੰ, ਅਤੇ ਉਹ ਭਰੀ ਪੀਤੀ ਚਲੇ ਗਈ। ਨਰਿੰਦਰ ਬੀਬਾ ਨੇ ਆਪਣੀ ਜ਼ਿੰਦਗੀ ਵਿੱਚ ਕਈ ਮੁਸ਼ਕਲਾਂ ਅਤੇ ਦੁਸ਼ਵਾਰੀਆਂ ਦਾ ਖਿੜੇ ਮੱਥੇ ਸਾਹਮਣਾ ਕੀਤਾ। ਉਹਨਾਂ ਦੇ ਪਤੀ ਜਸਪਾਲ ਸਿੰਘ ਪਾਲੀ, ਜੋ ਕਿ ਖੁਦ ਚੰਗੇ ਕਲਾਕਾਰ ਅਤੇ ਸਟੇਜ ਅਨਾਊਂਸਰ ਸੀ, ਇਹਨਾਂ ਨੂੰ ਬੇਵਕਤ ਵਿਛੋੜਾ ਦੇ ਗਏ ਸੀ ਜਿਸ ਨੇ ਨਰਿੰਦਰ ਬੀਬਾ ਨੂੰ ਝੰਝੂੜ ਕੇ ਰੱਖ ਦਿੱਤਾ ਸੀ, ਪਰ ਫਿਰ ਵੀ ਉਹਨਾਂ ਨੇ ਹੌਸਲਾ ਨਾ ਹਾਰਿਆ। ਅੱਜ ਪੰਜਾਬ ਦੀ ਨਾਮਵਰ ਗਾਇਕਾ ਨਰਿੰਦਰ ਬੀਬਾ ਜੀ ਬਾਰੇ ਚਰਚਾ ਕਰ ਰਹੇ ਹਾਂ। ਦੋਸਤੋ, ਉਹਨਾਂ ਦੇ ਚਿਹਰੇ ਤੋਂ ਨਿਮਰਤਾ ਪ੍ਰਤੱਖ ਝਲਕਦੀ ਸੀ, ਹਰੇਕ ਨੂੰ ਪਿਆਰ ਦੇ ਨਾਲ ਬੁਲਾਉਣਾ, ਹਮਦਰਦੀ ਅਤੇ ਮਿੱਠਾ ਬੋਲਣਾ ਉਹਨਾਂ ਦੀ ਸ਼ਖਸੀਅਤ ਦੇ ਵਿਸ਼ੇਸ਼ ਗੁਣ ਸਨ। ਨਰਿੰਦਰ ਬੀਬਾ ਅਤੇ ਉਹਨਾਂ ਵੱਲੋਂ ਗਾਏ ਗੀਤ ਹਮੇਸ਼ਾ ਅਮਰ ਰਹਿਣਗੇ। ਮਰਹੂਮ ਗਾਇਕਾ ਨਰਿੰਦਰ ਬੀਬਾ ਜੀ ਨੂੰ ਜੇ ਲੰਬੀ ਹੇਕ ਦੀ ਮਲਿਕਾ ਕਹਿ ਲਿਆ ਜਾਵੇ ਤਾਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਕੋਈ ਅਤਕਥਨੀ ਨਹੀਂ ਹੋਵੇਗੀ। ਬੀਬਾ ਜੀ ਦੇ ਅਨੇਕਾਂ ਗੀਤ ਲੰਬੀਆਂ ਹੇਕਾਂ ਦੇ ਨਾਲ ਰਿਕਾਰਡ ਹੋਏ। ਬੀਬਾ ਜੀ ਦਾ ਇੱਕ ਧਾਰਮਿਕ ਗੀਤ ਕਿ ਰਣ ਗਗਨ ਮਾਮਾ ਵੱਜਿਆ ਸਿੰਘੋ ਸਰਦਾਰੋ, ਕੋਈ ਵੈਰੀ ਚੜ੍ਹ ਕੇ ਆ ਗਿਆ ਤੁਸੀਂ ਜਾ ਲਲਕਾਰੋ, ਇਹਦੀ ਸ਼ੁਰੂਆਤੀ ਹੇਕ ਸੁਣ ਕੇ ਡੌਲੇ ਫੜਕਣ ਲੱਗ ਪੈਂਦੇ ਸੀ ਕਿਉਂਕਿ ਗੀਤ ਮੈਦਾਨੇ ਜੰਗ ਵਿੱਚ ਜੂਝਣ ਲਈ ਪ੍ਰੇਰਦਾ ਸੀ। ਨਰਿੰਦਰ ਬੀਬਾ ਜੀ ਦੇ ਗੀਤ ਲੋਕ ਗੀਤ ਬਣ ਗਏ। ਦੀਪਕ ਜਤੋਈ ਰਚਿਤ ਗੀਤ ਸੀ ਕਿ ਗੱਲ ਸੋਚ ਕੇ ਕਰੀ ਤੂੰ ਜ਼ੈਲਦਾਰਾ, ਧੀਆਂ ਕਰ ਚੱਲੀਆਂ ਸਰਤਾਰੀ, ਇਹ ਉਹਨਾਂ ਦੇ ਗਾਏ ਅਮਰ ਗੀਤ ਸੀ। ਗੁਰਦੇਵ ਮਾਨ ਹੁਣਾਂ ਦਾ ਗੀਤ ਕਿ ਆ ਜਾ ਚੱਲੀਏ ਸਕੂਲੇ ਉਹਨਾਂ ਦਾ ਪਹਿਲਾ ਰਿਕਾਰਡ ਗੀਤ ਸੀ। ਸੱਸੀ ਪੁੰਨੂ ਅਤੇ ਮਿਰਜ਼ਾ ਸਾਹਿਬਾਂ ਦੇ ਸੰਗੀਤਕ ਰੂਪ ਜਿਹੜੇ ਸੀ ਉਹ ਆਲ ਇੰਡੀਆ ਰੇਡੀਓ ਨੇ ਸਿਰਫ ਨਰਿੰਦਰ ਬੀਬਾ ਦੇ ਹੀ ਨਸ਼ਰ ਕੀਤੇ। ਅਸੀਂ ਦੱਸ ਆਏਗਾ ਕਿ ਉਹ ਲਾਲ ਚੰਦ ਯਮਲੇ ਜੱਟ ਦੀ ਸ਼ਕੀਰਤ ਸੀ, ਪਰ ਕਲਾਸੀਕਲ ਸੰਗੀਤ ਵਿੱਚ ਅਸੀਂ ਪੇਂਡੂ ਨਹੀਂ ਦਿਲਾਂ ਦੇ ਮਾੜੇ, ਚੰਡੀਗੜ੍ਹ ਰਹਿਣ ਵਾਲੀਏ, ਦੋ ਗਾਣੇ ਵਾਲਾ ਮਾਸਟਰ ਹਰੀਦੇਵ ਉਹਨਾਂ ਦਾ ਉਸਤਾਦ ਸੀ, ਅਤੇ ਮੁਹੰਮਦ ਰਫੀ ਨਾਲ ਕਿ ਇੰਨੀ ਜ਼ੋਰ ਦੀ ਮਰੋੜੀ ਮੇਰੀ ਬਾਂਹ ਜੱਟ ਨੇ, ਨਾਲੇ ਵੰਗ ਟੁੱਟ ਗਈ ਅਤੇ ਨਾਲੇ ਬਾਂਹ ਟੁੱਟ ਗਈ, ਇਹ ਗਾ ਕੇ ਉਹਦੀ ਫਿਲਮਾਂ ਲਈ ਗਾਉਣ ਦੀ ਰੀਝ ਪੂਰੀ ਹੋਈ। ਉਹ ਮੰਨਦੀ ਸੀ ਕਿ ਚੰਨ ਗੁਰਾਇਆਂ ਵਾਲੇ ਦੇ ਗੀਤ ਗਾ ਕੇ ਉਹਨੂੰ ਪ੍ਰਸਿੱਧੀ ਮਿਲੀ, ਸਤਿਕਾਰ ਚੰਨ ਦਾ ਵੀ ਵਧਿਆ। ਦਿਲਸ਼ਾਦ ਅਖਤਰ ਦੇ ਕਤਲ ਖਿਲਾਫ਼ ਰੋਜ਼ ਮੁਜ਼ਾਹਰਾ ਨਰਿੰਦਰ ਬੀਬਾ ਦੇ ਘਰੋਂ ਹੀ ਸ਼ੁਰੂ ਹੋਇਆ ਸੀ। ਮੁਖਤਿਆਰ ਮਣਕੇ ਵਰਗੇ ਦਿਲਸ਼ਾਦ ਅਖਤਰ ਦੇ ਸ਼ਾਗਿਰਦ ਇੱਕ ਪੁਲਿਸ ਵਾਲੇ ਨੂੰ ਕੁੱਟਣ ਪਏ ਤਾਂ ਬੀਬਾ ਜੀ ਨੇ ਇਹ ਆਖ ਕੇ ਰੋਕਿਆ ਕਿ ਨਹੀਂ, ਸਾਰੇ ਉਸ ਕੁੱਤੇ ਥਾਣੇਦਾਰ ਵਰਗੇ ਨਹੀਂ,
ਪਹਿਲੀ ਵਾਰ ਸੀ ਜਦੋਂ ਲੰਬੀਆਂ ਹੇਕਾਂ ਲਾਉਣ ਵਾਲੇ ਨਰਿੰਦਰ ਬੀਬਾ ਘਰ ਤੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੱਕ ਜਾਂਦਿਆਂ ਕਈ ਵਾਰੀ ਰੋਈ, ਕਈ ਵਾਰੀ ਪਿੱਟੀ ਅਤੇ ਪਾਣੀ ਪੀ ਪੀ ਗਾਇਕਾਂ ਦੇ ਕਤਲ ਨੂੰ ਔਰ ਕਾਤਲਾਂ ਨੂੰ ਕੋਸਦੀ ਰਹੀ। ਨਾਜ਼ਰੀਨ, ਅੱਜ ਅਸੀਂ ਪੰਜਾਬੀ ਦੀ ਨਾਮਵਰ ਗਾਇਕਾ ਨਰਿੰਦਰ ਬੀਬਾ ਜੀ ਬਾਰੇ ਗੱਲਬਾਤ ਕਰ ਰਹੇ ਹਾਂ। ਪੰਜਾਬੀ ਗਾਇਕੀ ਦੇ ਖੇਤਰ ਵਿੱਚ ਨਰਿੰਦਰ ਬੀਬਾ ਜੀ ਨੇ ਜਿੱਥੇ ਵਿਅਕਤੀਗਤ ਤੌਰ 'ਤੇ ਵਡਮੁੱਲਾ ਯੋਗਦਾਨ ਪਾਇਆ ਹੈ, ਉੱਥੇ ਉਸਦੇ ਪਰਿਵਾਰਕ ਮੈਂਬਰਾਂ ਦੀ ਵੀ ਇਸ ਖੇਤਰ ਵਿੱਚ ਦੇਣ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਬੀਬਾ ਜੀ ਦੀ ਪ੍ਰੇਰਣਾ ਅਤੇ ਅਗਵਾਈ ਅਧੀਨ ਛੋਟੇ ਭੈਣ ਭਰਾਵਾਂ ਨੇ ਗਾਇਕੀ ਖੇਤਰ ਵਿੱਚ ਪ੍ਰਵੇਸ਼ ਕਰਕੇ ਆਪੋ ਆਪਣੀ ਥਾਂ ਬਣਾਈ। ਭਰਾਵਾਂ ਫਕੀਰ ਸਿੰਘ ਫਕੀਰ, ਅਮੀਰ ਸਿੰਘ ਰਾਣਾ, ਰਣਬੀਰ ਸਿੰਘ ਰਾਣਾ ਅਤੇ ਭੈਣ ਸਤਿੰਦਰ ਬੀਬਾ ਦੀਆਂ ਆਵਾਜ਼ਾਂ ਵਿੱਚ ਕਾਫੀ ਸਾਰੀ ਰਿਕਾਰਡਿੰਗ ਮਿਲਦੀ ਹੈ। ਨਰਿੰਦਰ ਬੀਬਾ ਜੀ ਦੀ ਅਗਵਾਈ ਵਿੱਚ ਕਈ ਉਪੇਰਿਆਂ ਅਤੇ ਸਾਕਿਆਂ ਦੀ ਰਿਕਾਰਡਿੰਗ ਮਿਲਦੀ ਹੈ, ਜਿਨ੍ਹਾਂ ਵਿੱਚ ਉਹਨਾਂ ਦਾ ਸਾਥ ਕਈ ਕਲਾਕਾਰਾਂ ਨੇ ਦਿੱਤਾ ਹੈ ਔਰ ਇਹਨਾਂ ਕਲਾਕਾਰਾਂ ਵਿੱਚ ਪਰਿਵਾਰ ਦੇ ਮੈਂਬਰ ਵੀ ਸ਼ਾਮਿਲ ਨੇ। ਔਰ ਪੰਜਾਬੀ ਗਾਇਕੀ ਵਿੱਚ ਉਪੇਰਿਆਂ ਦੀ ਰਿਕਾਰਡਿੰਗ ਦੀ ਸ਼ੁਰੂਆਤ ਨਰਿੰਦਰ ਬੀਬਾ ਦੇ ਗਰੁੱਪ ਨੇ ਕੀਤੀ ਔਰ ਇਹਨਾਂ ਦੀ ਆਵਾਜ਼ ਵਿੱਚ ਹੀਰ ਰਾਂਝਾ, ਮਿਰਜ਼ਾ ਸਾਹਿਬਾ, ਸੋਹਣੀ ਮਹੀਵਾਲ, ਸੱਸੀ ਪੁੰਨੂ, ਇਹ ਪ੍ਰੀਤ ਗਥਾਵਾਂ ਦੇ ਉਪੇਰੇ ਬਹੁਤ ਮਕਬੂਲ ਹੋਏ। ਧਾਰਮਿਕ ਸਾਕਿਆਂ ਵਿੱਚ ਸਾਕਾ ਸਰਹੰਦ, ਸਾਕਾ ਚਮਕੌਰ, ਸਾਕਾ ਚਾਂਦਨੀ ਚੌਂਕ ਸ਼ਾਮਿਲ ਨੇ ਔਰ ਸਾਕਾ ਸਰਹੰਦ ਇੱਕ ਲਾਸਾਨੀ ਕਿਰਤ ਹੈ। ਜੀਵਨੀ ਭਗਤ ਰਵਿਦਾਸ ਦੀ ਵੀ ਇਸ ਗਰੁੱਪ ਦੀ ਲਾਜਵਾਬ ਰਚਨਾ ਹੈ ਔਰ ਇਹਨਾਂ ਰਚਨਾਵਾਂ ਵਿੱਚ ਹੋਰ ਕਲਾਕਾਰਾਂ ਤੋਂ ਪਹਿਲਾਂ ਫਕੀਰ ਸਿੰਘ ਫਕੀਰ, ਅਮੀਰ ਸਿੰਘ ਰਾਣਾ, ਰਣਬੀਰ ਰਾਣਾ ਅਤੇ ਸਤਿੰਦਰ ਬੀਬਾ ਦੀਆਂ ਆਵਾਜ਼ਾਂ, ਜਿੱਦਾਂ ਮੈਂ ਪਹਿਲਾਂ ਦੱਸਿਆ, ਵੀ ਸ਼ਾਮਿਲ ਨੇ। ਔਰ ਨਰਿੰਦਰ ਬੀਬਾ ਜੀ ਨੇ ਇੱਕ ਮੁਲਾਕਾਤ ਦੌਰਾਨ ਕਿਹਾ ਸੀ ਕਿ ਮਰਦ ਗਾਇਕਾਂ ਵਿੱਚੋਂ ਉਸਨੂੰ ਸਭ ਤੋਂ ਵੱਧ ਸੰਤੁਸ਼ਟੀ ਆਪਣੇ ਭਰਾ ਫਕੀਰ ਸਿੰਘ ਫਕੀਰ ਨਾਲ ਗਾ ਕੇ ਮਿਲੀ ਹੈ ਔਰ 1997 ਵਿੱਚ ਨਰਿੰਦਰ ਬੀਬਾ ਜੀ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਔਰ ਉਹਨਾਂ ਨੇ ਢਾਡੀਆਂ ਤੋਂ ਬਾਅਦ ਕੁਲਦੀਪ ਮਾਣਕ ਵਾਂਗ ਸਭ ਤੋਂ ਵੱਧ ਸਿੱਖ ਇਤਿਹਾਸ ਨੂੰ ਵੀ ਗਾਇਆ, ਪਰ ਕਿਸੇ ਵੀ ਸਿੰਘ ਸਭਾ ਨੇ ਉਹਨਾਂ ਨੂੰ ਕਦੀ ਯਾਦ ਨਹੀਂ ਕੀਤਾ, ਕਿਸੇ ਗੁਰੂ ਘਰ ਵਿੱਚ ਕਿਸੇ ਵੀ ਸੰਸਥਾ ਨੇ ਉਹਨਾਂ ਨੂੰ ਯਾਦ ਕਰਨ ਲਈ ਪਾਠ ਤੱਕ ਹੀ ਕਰਵਾਉਣਾ ਸੀ, ਸ਼ਾਂਤੀ ਲਈ ਅਰਦਾਸ ਤੱਕ ਨਹੀਂ ਕੀਤੀ। ਕੁਝ ਵੀ ਹੋਵੇ, ਨਰਿੰਦਰ ਬੀਬਾ ਜੀ ਦੇ ਗਾਏ ਗੀਤ ਸਦਾ ਹੀ ਅਮਰ ਰਹਿਣਗੇ, ਭਾਵੇਂ ਉਹਨਾਂ ਦੇ ਗਾਏ ਲੋਕ ਗੀਤ ਸੁਣ ਲਓ, ਭਾਵੇਂ ਇਤਿਹਾਸ ਦੀਆਂ ਯਾਦਗਾਰੀ ਝਲਕੀਆਂ ਵੇਖ ਸੁਣ ਲਵੋ, ਹਰ ਖੇਤਰ ਵਿੱਚ ਨਰਿੰਦਰ ਬੀਬਾ ਜੀ ਨੇ ਕਮਾਲ ਕਰ ਵਿਖਾਈ ਹੈ। ਸੋ ਇਹਨਾਂ ਸ਼ਬਦਾਂ ਨਾਲ ਅਸੀਂ ਉਸ ਮਹਾਨ ਗਾਇਕਾਂ ਨੂੰ ਨਮਸਕਾਰ ਕਰਦੇ ਹਾਂ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਖੁਸ਼ ਰਹੋ, ਆਬਾਦ ਰਹੋ ਅਤੇ ਮੈਨੂੰ ਦਿਓ ਆਗਿਆ, ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।